ਦੇ ਨਾਲ ਨਾਲ ਔਨ ਕਰੇ ਗਨ ਨੀ ਮੁੰਡਾ ਅੱਜ ਦਾ ਇਹ ਪਾਸ਼ ਨੀ ਉਰੂ ਤੇ ਗੱਡੀ ਦੋਵੇਂ ਕੀ ਖਲਾਸ ਨੀ। ਦੋਸਤੋ ਸਿੱਧੂ ਮੂਸੇਵਾਲੇ ਦੀ ਫਿਲਮ ਜੋ ਕਿ ਜੱਟਾਂ ਦਾ ਮੁੰਡਾ ਗਾਉਣ ਲੱਗਿਆ 2022 ਦੇ ਵਿੱਚ ਸਿੱਧੂ ਮੂਸੇਵਾਲੇ ਨੇ ਉਸ ਮੂਵੀ ਦੀ ਅਨਾਊਂਸਮੈਂਟ ਕੀਤੀ ਸੀ ਵੀ ਮੂਵੀ ਜਲਦੀ ਰਿਲੀਜ਼ ਕਰਾਂਗੇ। ਉਦੋਂ ਬਾਅਦ ਸਿੱਧੂ ਮੂਸੇਵਾਲਾ ਬੂਟਾਂ ਦੇ ਵਿੱਚ ਖੜ੍ਹਾ ਹੋ ਗਿਆ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਰੁਝਾਨ ਚੇਂਜ ਹੋ ਗਿਆ। ਅਤੇ ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੋ ਕਿ ਸਿੱਧੂ ਮੂਸੇਵਾਲੇ ਨਾਲ ਬਹੁਤ ਹੀ ਵੱਡਾ ਹੈਪਨ ਹੋ ਗਿਆ ਸੀ ਜੋ ਕਿ ਸਾਰੇ ਹੀ ਸਿੱਧੂ ਮੂਸੇਵਾਲੇ ਦੇ ਪ੍ਰੋਜੈਕਟ ਵਿੱਚ ਅਧੂਰੇ ਰਹਿ ਗਏ ਸੀ। ਅਤੇ ਇਸ ਵਾਰ ਇਹੀ ਨਿਊਜ਼ ਪਤਾ ਲੱਗੀ ਵੀ ਇਸ ਸਾਲ ਮੂਵੀ ਇਹ ਰਿਲੀਜ਼ ਕੀਤੀ ਜਾ ਸਕਦੀ ਹੈ। ਅਤੇ ਇਸ ਬਾਰੇ ਕੋਈ ਵੀ ਕੋਈ ਜਦੋਂ ਆਪਾਂ ਨੂੰ ਨਿਊਜ਼ ਮਿਲਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਮੂਵੀ ਦੇ ਰਿਲੇਟਡ। ਅਤੇ ਉਦੋਂ ਤੱਕ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।